ਜਮੀਰ ਅਲੀ ਜੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲਦੇ ਨੇ ਤੁਸੀਂ ਅਨੇਕਾਂ ਪ੍ਰੋਗਰਾਮ ਦੇ ਵਿੱਚ ਜਾਂਦੇ ਹੋ ਉੱਥੇ ਸਾਹਿਬਜ਼ਾਦਿਆਂ ਨੂੰ ਲੈ ਕੇ ਕਵਿਤਾਵਾਂ ਪੜ੍ਹਦੇ ਹੋ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣਾਉਣ ਦੇ ਦੌਰਾਨ ਕੀ ਮਹਿਸੂਸ ਕਰਦੇ ਹੋ ਮਹਿਸੂਸ ਕਰਦੇ ਹਾਂ ਮੱਖੂ ਜੀ ਉਹ ਜ਼ਿੰਦਾ ਜਾਵੇਦ ਮੌਜਜ਼ਾ ਹੈ ਜਦੋਂ ਜਦੋਂ ਅੱਖਾਂ ਦੇ ਸਾਹਮਣੇ ਉਹ ਮੰਜ਼ਰ ਆਉਂਦਾ ਹੈ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਉਂਦੇ ਹਨ ਅੱਖਾਂ ਦੇ ਵਿੱਚੋਂ ਆਂਸੂ ਨਿਕਲ ਆਉਂਦੇ ਹਨ ਮੱਖੂ ਜੀ ਠੰਡੀਆਂ ਹਵਾਵਾਂ ਇਨਸਾਨ ਦੇ ਜਿਸਮ ਨੂੰ ਚੀਰਦੀਆਂ ਚਲੀਆਂ ਜਾਂਦੀਆਂ ਹਨ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਜਿੱਥੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਅੱਖਾਂ ਨਮ ਕਰ ਲੈਂਦੇ ਹਾਂ ਉੱਥੇ ਹੀ ਅਸੀਂ ਫਖਰ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਜ਼ਾਲਿਮ ਸੂਬੇਦਾਰ ਦੀ ਕਚਹਿਰੀ 'ਚ ਖੜ੍ਹੇ ਹੋ ਕੇ ਆਹਦਾ ਨਾਰਾ ਮਾਰ ਕੇ ਦੱਸਿਆ ਕਿ ਜ਼ਾਲਿਮ ਸੂਬੇਦਾਰਾ ਇਸਲਾਮ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ ਨਵਾਬ ਸ਼ੇਰ ਮੁਹੰਮਦ ਖਾਨ ਦੀ ਧਰਤੀ ਤੋਂ ਆਇਆ ਹੋਇਆ ਮੈਂ ਕਵੀ ਹਾਂ ਮੱਖੂ ਜੀ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਕਰਿਸ਼ਮਾ ਇਹ ਜ਼ਮਾਨੇ ਭਰ ਸੇ ਝੁਟਲਾਇਆ ਨਹੀਂ ਜਾਤਾ ਸਵਾਲੀ ਕੋਈ ਵੀ ਇਸ ਦਰ ਸੇ ਲੌਟਾਇਆ ਨਹੀਂ ਜਾਤਾ ਲੁਟਾਨੇ ਪੜਤੇ ਹੈ ਮਾਤਾ ਪਿਤਾ ਕੇ ਸਾਥ ਬੇਟੇ ਵੀ ਯਹੀ ਸਰਵਣ ਸਦਾਨੀ ਜਗ ਮੇਂ ਕਹਿਲਾਇਆ ਨਹੀਂ ਜਾਤਾ ਯਹੀ ਸਰਵਣ ਸਦਾਨੀ ਜਗ ਮੇਂ ਕਹਿਲਾਇਆ ਨਹੀਂ ਜਾਤਾ